ਮੇਰੀ ਲਾਸ਼ ਤੇ ਪੈਰ ਰੱਖ ਕੇ ਮੈਨੂੰ ਜਵਾਬ ਦੇ। ਗੰਗਾ ਤਾਂ ਵੀ ਕਤਲ ਕਰ ਲੈਂਦੇ ਨੇ ਬੱਚੋ। ਅਸਲਾਮ ਅਲੈਕੁਮ, ਜਿੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਮੈਂ ਹਾਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਔਰ ਇਸ ਫਿਲਮ ਦੇ ਅੰਦਰ ਇੰਡਸਟਰੀ ਦੇ ਚਾਰ ਸ਼ੇਰਾਂ ਨੇ ਕੰਮ ਕੀਤਾ ਹੈ। ਉਹ ਚਾਰ ਸ਼ੇਰ ਕਿਹੜੇ? ਸੁਲਤਾਨ ਰਾਈ, ਯੂਸਫ ਖਾਨ, ਮੁਸਤਫਾ ਕੁਰੈਸ਼ੀ ਔਰ ਇਕਬਾਲ ਹਸਨ। ਯਾਨੀ ਕਿ ਇੱਕ ਫਿਲਮ ਦੇ ਅੰਦਰ ਚਾਰ ਸ਼ੇਰਾਂ ਨੇ ਕੰਮ ਕੀਤਾ ਹੈ, ਔਰ ਉਸ ਫਿਲਮ ਦਾ ਨਾਂ ਹੈ ਚੰਦ ਤੇ ਸੂਰਮਾ। ਜ਼ਹਿਰ ਸ਼ਾਹ, ਸੁਲਤਾਨ ਰਾਈ, ਅੰਜਮਨ, ਯੂਸਫ ਖਾਨ, ਮੁਮਤਾਜ਼, ਜ਼ਮਰਦ, ਮੁਸਤਫਾ ਕੁਰੈਸ਼ੀ, ਇਕਬਾਲ ਹਸਨ, ਨਗਮਾ, ਬਹਾਰ ਬੇਗਮ, ਅਦੀਬ, ਜ਼ਹਿਰ ਸ਼ਾਹ, ਅਲਤਾਫ ਖਾਨ ਅਤੇ ਅਲਿਆਸ ਕਸ਼ਮੀਰੀ। ਔਰ ਇਸ ਫਿਲਮ ਦੇ ਹਦਾਇਤਕਾਰ ਮਸੂਦ ਭੱਟ, ਫਿਲਮ ਸਾਜ਼ ਆਹਦ ਮਲਿਕ, ਮਿਊਜ਼ਿਕ ਦਿੱਤਾ ਹੈ ਤਾਫੂ ਨੇ ਅਤੇ ਇਹਦੇ ਲਿਖਣ ਵਾਲੇ ਨਾਸਰ ਅਦੀਬ। ਜੈਸਾ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਸ ਫਿਲਮ ਵਿੱਚ ਚਾਰ ਸ਼ੇਰਾਂ ਨੇ ਕੰਮ ਕੀਤਾ ਹੈ। ਅਗਰ ਇਸ ਫਿਲਮ ਨੂੰ ਅਸੀਂ ਕਹੀਏ ਕਿ ਬਦਮਾਸ਼ਾਂ ਦੀ ਫਿਲਮ ਹੈ ਤਾਂ ਇਹ ਕੋਈ ਗਲਤ ਨਹੀਂ ਹੋਏਗਾ, ਕਿਉਂਕਿ ਇਸ ਫਿਲਮ ਦੇ ਅੰਦਰ ਚੰਦ ਬਦਮਾਸ਼ ਸੁਲਤਾਨ ਰਾਈ, ਸ਼ੇਰ ਬਦਮਾਸ਼ ਯੂਸਫ ਖਾਨ, ਸੂਰਮਾ ਬਦਮਾਸ਼ ਮੁਸਤਫਾ ਕੁਰੈਸ਼ੀ ਔਰ ਇਕਬਾਲ ਹਸਨ ਵੀ ਕੁਛ ਲੰਮੇ ਵਾਸਤੇ ਬਦਮਾਸ਼ ਹੁੰਦਾ ਹੈ, ਪਰ ਬਾਅਦ ਹੀ ਪਤਾ ਚੱਲਦਾ ਹੈ ਕਿ ਉਹ ਪੁਲਿਸ ਦਾ ਡਿਪਟੀ ਹੈ। ਇਹਨਾਂ ਦੇ ਸਿਰ ਆਪ ਹੀ ਚੁੱਕ ਜਾਣਗੇ। ਇਹ ਅੰਜੋ ਬਾਈ ਦੀ ਬਾਹ ਨਹੀਂ ਜਿਹੜੀ ਤੂੰ ਫੜ ਕੇ ਮੁਜਰਾ ਸੁਣ ਲੈਣਾ ਹੈ। ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਨੇ ਚੰਦ ਬਦਮਾਸ਼ ਦਾ ਕਰੈਕਟਰ ਅਦਾ ਕੀਤਾ ਹੈ। ਜਦੋਂ ਫਿਲਮ ਸਟਾਰਟ ਹੁੰਦੀ ਹੈ ਤੇ ਇੱਕ ਅਦਾਲਤ ਤੋਂ ਫਰੇਮ ਖੁੱਲਦਾ ਹੈ। ਅਦਾਲਤ ਦੇ ਅੰਦਰ ਸੁਲਤਾਨ ਰਾਈ ਆਪਣੀ ਬੇਗੁਨਾਹੀ ਸਾਬਤ ਕਰ ਰਿਹਾ ਹੁੰਦਾ ਹੈ ਤੇ ਜੱਜ ਉਹਨੂੰ ਬਾਇੱਜ਼ਤ ਬਰੀ ਕਰ ਦਿੰਦਾ ਹੈ। ਔਰ ਜਦੋਂ ਉਹ ਬਾਹਰ ਨਿਕਲਦਾ ਤੇ ਪੁਲਿਸ ਆ ਜਾਂਦੀ ਹੈ ਔਰ ਪੁਲਿਸ ਉਹਨੂੰ ਇਲਾਕਾ ਪਾਬੰਦ ਕਰ ਦੇਣੀ ਹੈ, 3 ਮਹੀਨੇ ਵਾਸਤੇ ਉਹਨੂੰ ਇਲਾਕਾ ਪਾਬੰਦ ਕਰ ਦੇਣੀ ਹੈ। ਔਰ ਇਸ ਫਿਲਮ ਵਿੱਚ ਅਗਰ ਸਭ ਤੋਂ ਜ਼ਿਆਦਾ ਕੰਮ ਹੈ ਤਾਂ ਉਹ ਪੁਲਿਸ ਵਾਲਿਆਂ ਦਾ ਹੈ। ਹਰ ਸੀਨ ਵਿੱਚ, ਹਰ ਇੱਕ ਸੀਨ ਤੋਂ ਬਾਅਦ, ਹਰ 2 ਸੀਨ ਤੋਂ ਬਾਅਦ ਪੁਲਿਸ ਵਾਲੇ ਆ ਜਾਂਦੇ। ਮਸਲਨ ਯੂਸਫ ਖਾਨ ਔਰ ਸੁਲਤਾਨ ਰਾਈ ਲੜ ਗਏ ਤਾਂ ਫਿਰ ਵੀ ਪੁਲਿਸ ਆ ਗਈ ਹੈ, ਅਦੀਪ ਤੇ ਸੁਲਤਾਨ ਲਈ ਲੜ ਗਏ ਤਾਂ ਫਿਰ ਵੀ ਪੁਲਿਸ ਆ ਗਈ ਹੈ। ਔਰ ਇਹਨਾਂ ਚਾਰਾਂ ਤੋਂ ਬਾਅਦ ਅਗਰ ਕਿਸੇ ਨੇ ਬਹੁਤ ਜ਼ਿਆਦਾ ਕੰਮ ਕੀਤਾ ਤਾਂ ਉਹ ਪੁਲਿਸ ਸੀ, ਜਿਨ੍ਹਾਂ ਨੇ ਇਸ ਫਿਲਮ ਵਿੱਚ ਬੜਾ ਹੀ ਬਿਹਤਰੀਨ ਕੰਮ ਕੀਤਾ ਔਰ ਲਗਾਤਾਰ ਸ਼ੁਰੂ ਤੋਂ ਲਾ ਕੇ ਆਖਰ ਤੱਕ ਪੁਲਿਸ ਵਾਲੇ ਆਉਂਦੇ ਰਹੇ। ਇਸ ਫਿਲਮ ਦਾ ਮਿਊਜ਼ਿਕ ਬੜਾ ਸ਼ਾਨਦਾਰ ਹੈ ਔਰ ਇਹਦੇ 3 ਗਾਣੇ ਜਿਹੜੇ ਨਾ, ਵੈਸੇ ਤਾਂ ਗਾਣੇ ਸਾਰੇ ਅੱਛੇ ਨੇ, ਲੇਕਿਨ ਤਾਫੂ ਸਾਹਿਬ ਨੇ ਬੜਾ ਅੱਛਾ ਮਿਊਜ਼ਿਕ ਦਿੱਤਾ ਹੈ, ਚੰਨ ਤੂੰ ਸੋਹਣਾ ਤਿਲ ਮੇਰੀ ਗੱਲ ਦਾ। ਦੂਜਾ ਗਾਣਾ ਹੈ ਬਣ ਗਈ ਏ, ਬਣ ਗਈ ਏ, ਅਤੇ ਤੀਜਾ ਗਾਣਾ ਹੈ ਤੈਨੂੰ ਰੱਜ ਰੱਜ ਤੱਕਣਾ ਹੈ। ਤਿੰਨੋਂ ਗਾਣੇ ਨੂਰਜਾਨ ਦੀ ਆਵਾਜ਼ ਵਿੱਚੋਂ ਔਰ ਬੜੇ ਹੀ ਜ਼ਬਰਦਸਤ ਗਾਣੇ ਨੇ। ਇਸ ਫਿਲਮ ਦੇ ਅੰਦਰ ਅਦਾਕਾਰ ਅੰਜਮਨ ਨੇ ਰੱਜੋ ਦਾ ਕਰੈਕਟਰ ਅਦਾ ਕੀਤਾ, ਰੱਜੋ ਬਾਈ ਦਾ, ਜਿਹੜੀ ਕਿ ਹਸਬੇ ਮਾਮੂਲ ਤਵਾਇਫ ਹੁੰਦੀ ਹੈ। ਔਰ ਮਸੂਦ ਭੱਟ ਦੀਆਂ ਫਿਲਮਾਂ 'ਚ ਤੁਹਾਨੂੰ ਪਤਾ ਬਦਮਾਸ਼ ਔਰ ਤਵਾਇਫ ਲਾਜ਼ਮੀ ਹੁੰਦੇ ਨੇ। ਬਹਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਦੀ ਵਾਲਦਾ ਦਾ ਕਿਰਦਾਰ ਅਦਾ ਕੀਤਾ ਹੈ ਔਰ ਅਦਾਕਾਰ ਨਗਮਾ ਨੇ ਇਸ ਫਿਲਮ ਦੇ ਅੰਦਰ ਮੁਸਤਫਾ ਕੁਰੈਸ਼ੀ ਦੀ ਵਾਲਦਾ ਦਾ ਕਿਰਦਾਰ ਅਦਾ ਕੀਤਾ ਹੈ। ਮੁਸਤਫਾ ਕੁਰੈਸ਼ੀ ਦਾ ਨਾਮ ਸੁਰਮਾ ਆਉਂਦਾ ਹੈ। ਸ਼ੇਰਾ ਦੇ ਜਿਹੜਾ ਕਿਰਦਾਰ ਹੈ ਅਦਾਕਾਰ ਯੂਸਫ ਖਾਨ ਨੇ ਅਦਾ ਕੀਤਾ ਹੈ ਔਰ ਯੂਸਫ ਖਾਨ ਲਾਡੋ ਮੁਮਤਾਜ਼ ਦੇ ਨਾਲ ਪਿਆਰ ਕਰਦਾ ਹੈ ਔਰ ਮੁਮਤਾਜ਼ ਜਿਹੜੀ ਹੁੰਦੀ ਹੈ ਉਹ ਮੰਗਾਂ ਵੇਚਣ ਵਾਲੀ ਹੁੰਦੀ ਹੈ, ਗਲੀ ਗਲੀ ਫਿਰ ਕੇ ਮੰਗਾਂ ਵੇਚਦੀ ਹੈ। ਤੂੰ ਕਿਹੜੇ ਭਾਗ ਦੀ ਮੂਲੀ ਹੈ? ਮੈਂ ਮੂਲੀ ਨਹੀਂ, ਬੜਾ ਹੀ ਖੌੜਾ ਫਲ ਜਿਹਨੂੰ ਤੂੰ ਨਹੀਂ ਚੱਕ ਸਕਣਾ। ਔਰ ਅਗਰ ਇਹ ਕਿਹਾ ਜਾਏ ਕਿ ਇਸ ਫਿਲਮ ਵਿੱਚ ਲੜਾਈ ਮਾਰ ਕੁਟਾਈ ਬਹੁਤ ਜ਼ਿਆਦਾ ਸੀ ਤੇ ਬੇਜਾਨ ਹੀ ਹੋਏਗਾ। ਔਰ ਐਸੇ ਲੋਕਾਂ ਵਾਸਤੇ ਇਹ ਫਿਲਮ ਬੜੀ ਬਿਹਤਰੀ ਹੈ ਜਿਹੜੇ ਐਕਸ਼ਨ, ਲੜਾਈ ਮਾਰ ਕੁਟਾਈ ਔਰ ਇਸ ਕਿਸਮ ਦੀਆਂ ਫਿਲਮਾਂ ਉਹ ਪਸੰਦ ਕਰਦੇ ਨੇ। ਅਦੀਬ ਨੇ ਖਾਨੂ ਦਾ ਕਿਰਦਾਰ ਅਦਾ ਕੀਤਾ ਜਿਹੜਾ ਇੱਕ ਬਦਮਾਸ਼ ਹੁੰਦਾ ਹੈ ਔਰ ਅਲਤਾਫ ਖਾਨ, ਜ਼ਹਿਰ ਸ਼ਾਹ ਉਹਦੇ ਸਾਥੀ ਹੁੰਦੇ ਨੇ ਔਰ ਲੜਾਈ ਹੈ, ਕਤਲੋ ਗਾਰਤ ਹੈ, ਜਵਾਰੀ ਹੁੰਦੇ ਨੇ, ਜੂਆ ਕਰਦੇ ਨੇ, ਇਹਨਾਂ ਦੀ ਚੰਦ ਦੇ ਨਾਲ ਦੁਸ਼ਮਣੀ ਹੋ ਜਾਂਦੀ ਹੈ ਔਰ ਉਹ ਇਹਨਾਂ ਨੂੰ ਮਾਰਦਾ ਹੈ। ਔਰ ਇਕਬਾਲ ਕਸ਼ਮੀਰੀ ਦਾ ਉਹਨਾਂ ਦਾ ਪੁੱਤਰ ਹੈ ਫੈਸਲ ਇਕਬਾਲ, ਉਸਨੇ ਵੀ ਇਸ ਫਿਲਮ ਦੇ ਅੰਦਰ ਰੋਲ ਕੀਤਾ ਜਿਹੜਾ ਕਿ ਜਿਹੜਾ ਕਿ ਜ਼ਮਰਦ ਦਾ ਛੋਟਾ ਭਰਾ ਹੁੰਦਾ ਹੈ।
ਔਰ ਜ਼ੁਮਰਤ ਜਿਹੜੀ ਹੁੰਦੀ ਹੈ, ਜ਼ੁਮਰਤ ਜਿਹੜੀ ਹੁੰਦੀ ਹੈ ਉਹ ਮਾਨਾ ਖਰਚਾ ਉਹਨੂੰ ਚੰਦ ਭੇਜਦਾ। ਚੰਦ ਦੇ ਡੇਰੇ 'ਤੇ ਉਹਦਾ ਛੋਟਾ ਭਰਾ ਆਉਂਦਾ ਜਿਹਨੂੰ ਅੱਗੇ ਖਾਨੂ ਦਾਦਾ ਔਰ ਉਹਦੇ ਸਾਥੀ ਮਿਲਦੇ ਨੇ ਔਰ ਉਹਦੀ ਭੈਣ ਦੀ ਉਮਰ ਪੁੱਛਦੇ ਨੇ, ਜਿਸ 'ਤੇ ਉਹਨੂੰ ਗੁੱਸਾ ਆਉਂਦਾ, ਉਹਨਾਂ ਦੇ ਬੰਦੇ ਨੂੰ ਕਤਲ ਕਰ ਦਿੰਦਾ ਔਰ ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਬਾਅਦ ਵਿੱਚ ਉਹ ਮਾਰਿਆ ਵੀ ਜਾਂਦਾ ਔਰ ਉਸ 'ਤੇ ਮਾਰਨ ਤੋਂ ਬਾਅਦ ਇਤਫਾਕ ਹੁੰਦਾ ਕਿ ਜ਼ੁਮਰਤ ਨੂੰ ਯੂਸਫ ਖਾਨ ਹੀ ਭੈਣ ਬੁਲਾ ਲੈਂਦਾ, ਸੁਲਤਾਨ ਵੀ ਭੈਣ ਬੁਲਾ ਲੈਂਦਾ, ਇਕਬਾਲ ਹਸਨ ਜਿਹੜਾ ਆਉਂਦਾ ਉਹ ਵੀ ਭੈਣ ਬੁਲਾ ਲੈਂਦਾ। ਬੈਸ ਕਸ਼ਮੀਰੀ ਨੇ ਇਸ ਫਿਲਮ ਦੇ ਅੰਦਰ ਸ਼ਾਹੂ ਦਾ ਕਿਰਦਾਰ ਅਦਾ ਕੀਤਾ ਜਿਹੜਾ ਇੱਕ ਬਦਮਾਸ਼ ਹੁੰਦਾ ਔਰ ਮੁਸਤਫਾ ਕੁਰੇਸ਼ੀ ਦੀ ਭੈਣ ਨੂੰ ਚੁੱਕ ਕੇ ਲੈ ਜਾਂਦਾ, ਉਹਦੀ ਭੈਣ ਖੁਦਕੁਸ਼ੀ ਕਰ ਲੈਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਮੁਸਤਫਾ ਕੁਰੇਸ਼ੀ ਹੁੰਦਾ ਉਹ ਬਦਮਾਸ਼ ਬਣਦਾ ਔਰ ਬਦਮਾਸ਼ਾਂ ਦਾ ਦੁਸ਼ਮਣ ਬਣ ਜਾਂਦਾ। ਸੂਰਮਾ ਜਿਹੜਾ ਮੁਸਤਫਾ ਕੁਰੇਸ਼ੀ ਹੁੰਦਾ ਉਹ ਸ਼ਾਹੂ ਦੀ ਤਲਾਸ਼ 'ਚ ਹੁੰਦਾ ਔਰ ਸ਼ਾਹੂ ਨੂੰ ਆਖਰ 'ਤੇ ਢੂੰਡ ਕੇ ਕਤਲ ਕਰ ਦਿੰਦਾ। ਸ਼ਾਹੂ ਜਿਹੜਾ ਹੁੰਦਾ ਜ਼ੁਮਰਤ ਚੁੱਕ ਕੇ ਲੈ ਜਾਂਦਾ, ਸੂਰਮਾ ਉਹਦੀ ਜਾਨ ਬਚਾਉਂਦਾ, ਜਾਨ ਬਚਾਉਂਦੇ ਹੋਇਆਂ ਉਹ ਕਤਲ ਹੋ ਜਾਂਦਾ। ਸੁਲਤਾਨ ਰਹੀ ਨੇ ਇਸ ਫਿਲਮ ਵਿੱਚ ਬੜਾ ਅੱਛਾ ਕੰਮ ਕੀਤਾ, ਯੂਸਫ ਖਾਨ ਨੇ ਅੱਛਾ ਕੰਮ ਕੀਤਾ ਔਰ ਆਮ ਰੂਟੀਨ ਦੀ ਫਿਲਮ ਹੈ। ਕੋਈ ਅਗਰ ਤੁਸੀਂ ਕਹੋ ਨਾ ਕਿ ਕੋਈ ਖਾਸ ਕਿਸਮ ਦੀ ਸਵਾਏ ਮਿਊਜ਼ਿਕ ਤੋਂ ਇਸ ਫਿਲਮ ਦੇ ਅੰਦਰ ਲੜਾਈ ਔਰ ਕਤਲ ਗਾਰਤ ਤੋਂ ਇਲਾਵਾ ਇਸ ਫਿਲਮ ਦੇ ਅੰਦਰ ਕੁਛ ਵੀ ਨਹੀਂ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਕਰੋ ਲਾਈਕ ਸਬਸਕ੍ਰਾਈਬ ਅਤੇ ਪਿਆਰਾ ਜਿਹਾ ਕਮੈਂਟਸ ਕਰਕੇ ਮੇਰਾ ਦਿਲ ਖੁਸ਼ ਕਰ ਦਿਓ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।